ਲਾਲਿਤ ਕਿਤਾਬ ਤੋਂ ਕਿਤਾਬ ਤੱਕ ਦੀ ਮੰਜ਼ਲ ਵਿੱਚ ਮੇਰਾ ਕੁਝ ਵੀ ਆਪਣਾ ਨਹੀਂ ਹੁਣ ਹਣ ਹਲਕਬਾਉ ਤੋਂ ਕਦਆਵਤ ਤੱਕ ਦੀ ਮੰਜ਼ਲ 'ਚ ਮੇਰਾ ਕੁਝ ਵੀ ਆਪਣਾ ਵਾਹ ਜੋ ਇਕਰਾ ਦੀ ਅਲਫ਼ ਨਾਲ ਅੱਲਾ ਦੀ ਅਲਫ਼ ਤੇ ਅਹਿਮਦ ਦੀ ਸਲੱਲ ਸੱਲਮ ਦੀ ਅਲਫ਼ ਦਾ ਸਬਕ ਪੜ੍ਹਾਉਂਦਾ ਏ ਉਹੀ ਲਫ਼ਜ਼ ਨਾਜ਼ਿਲ ਕਰਦਾ ਏ ਰੂਹ ਦੀ ਪ੍ਰੋਗਰਾਮਿੰਗ ਕਰਦਾ ਏ ਤੇ ਆਪਣੀ ਰਹਿਮਤ ਨਾਲ ਉਹਦਾ ਸੌਫਟਵੇਅਰ ਜ਼ਰੂਰਤ ਦੇ ਮੁਤਾਬਕ ਅਪਗ੍ਰੇਡ ਕਰਦਾ ਰਹਿੰਦਾ ਵਾਹ ਵਾਹ ਇਨਸਾਨ ਜਾਹਲ ਤੇ ਜ਼ਾਲਮ ਜਦੋਂ ਉਹਦੇ ਉੱਤੇ ਕੁਝ ਆਸ਼ਕਾਰ ਹੁੰਦਾ ਹੈ ਤੇ ਆਪੇ ਚੋਂ ਬਾਹਰ ਹੋ ਜਾਂਦਾ ਹੈ ਨੱਚਣ ਲੱਗ ਪੈਂਦਾ ਹੈ ਆਪਣੀ ਔਕਾਤ ਭੁੱਲ ਜਾਂਦਾ ਹੈ ਤੇ ਖੁਦਾਈ ਦੇ ਦਾਅਵੇ ਕਰਨ ਲੱਗ ਪੈਂਦਾ ਹੈ ਵਾਹ ਖੁਦਾਈ ਨਹੀਂ ਤੇ ਖੁਦਾਈ ਤਾਂ ਥੋੜਾ ਜਿਹਾ ਥੰਨੇ ਜਾਂ ਨੀੜੀ ਨੇੜੇ ਪੁੱਜ ਜਾਂਦਾ ਹੈ ਤੇ ਦੂਜਿਆਂ ਤੋਂ ਇਹ ਉਮੀਦ ਰੱਖਦਾ ਹੈ ਕਿ ਉਹ ਵੀ ਉਸ ਨੂੰ ਐਸਾ ਹੀ ਸਮਝਣ ਮੰਨਣ ਤੇ ਪੂਜਾ ਇਨਸਾਨ ਨੂੰ ਅਗਰ ਮਾਰ ਦਿੱਤੇ ਜਾਣ ਦਾ ਡਰ ਨਾ ਹੋਵੇ ਤੇ ਉਹ ਆਪਣੇ ਆਪ ਦੀ ਪੂਜਾ ਔਰ ਸਜਦੇ ਦਾ ਹੁਕਮ ਜਾਰੀ ਕਰ ਦਿੰਦਾ ਹੈ ਖੁਦਾ ਫਰ ਜਿੱਥੇ ਜਿੱਥੇ ਇਨਸਾਨ ਇਸ ਖੌਫ ਤੋਂ ਆਜ਼ਾਦ ਹੋਇਆ ਹੈ ਤੇ ਉਹਦੇ ਕੋਲ ਮਤਲਕ اختیار ਹੋਇਆ ਹੈ ਉਹਨੇ ਆਪਣੇ ਆਪ ਨੂੰ ਖੁਦਾ ਅਖਵਾਇਆ ਤੇ ਸਜਦਾ ਵੀ ਕਰਾਇਆ ਬੇਕੂਫ ਜਹਨ ਬੇਬਸਤੇ ਬੇਇਖਤਿਆਰ ਇਨਸਾਨ ਜਿਸ ਦੀ ਅਕਲ ilm ਬਸਤੇ اختیار ਇਸਤੇਮਾਲ ਕਰਦਾ ਹੈ ਉਹਦੇ ਨਾਲ ਹੀ ਜਾ ਮੱਥਾ ਲਾਂਦਾ ਤੇ ਉਹਦੇ ਅੱਗੇ ਹੀ ਆਕੜ ਕੇ ਜਾ ਖਲੋਂਦਾ ਹੈ ਫਿਰ ਜਦੋਂ ਮੂੰਹੜੇ ਮੂੰਹ ਡਿਗਦਾ ਹੈ ਤੇ ਸਾਰੇ ਗਿੱਟੇ ਗੋਡੇ ਪਨ ਕੇ ਮੂੰਹ ਨੱਕ ਛਿੱਲ ਕੇ ਤੇ ਦੰਦ ਤੇ ਮੱਥਾ ਪਨ ਕੇ ਜਦੋਂ ਸ਼ਕਲ ਦਿਖਾਉਣ ਜੋਗਾ ਨਹੀਂ ਰਹਿੰਦਾ ਤੇ ਫੇਰ ਪੱਥਰ ਚਟਕੇ ਖੇ ਖਾ ਕੇ ਤੇ ਸਿਰ ਵਿੱਚ ਪਾ ਕੇ ਔਰ ਦੁਨੀਆਂ ਕੋਲੋਂ ਪਵਾ ਕੇ ਬੇਇੱਜ਼ਤਿਆਰ ਤਮਾਲ ਪਾਉਂਦਾ ਹੈ ਔਰ ਹਰ ਪਾਸਿਓਂ ਜ਼ਲੀਲ ਹੋ ਕੇ ਦੁਰਦੁਰ ਥੂ ਥੂਕਰਾ ਕੇ ਜਦੋਂ ਮੁਕੰਮਲ ਹਾਰ ਜਾਂਦਾ ਹੈ ਔਰ ਬੇਬਸ ਹੋ ਜਾਂਦਾ ਹੈ ਤੇ ਫੇਰ ਕਹਿੰਦਾ ਮੈਂ ਨਹੀਂ ਬਸ ਤੂੰ ਵਾਹ ਨਹੀਂ ਬਸ ਵਾਹ ਵਾਹ ਸਮਝਦਾ ਨਹੀਂ ਦਾ ਤਕਾਜ਼ਾ ਹੈ ਕਿ ਇਨਸਾਨ ਖੱਜਲ ਖੁਆਰੀ ਦੀ ਬਜਾਏ ਪਹਿਲੇ ਦਿਨ ਤੇ ਪਹਿਲੀ ਸੋਚ ਤੋਂ ਵੀ ਪਹਿਲੇ ਪਹਿਲੇ ਦਿਨ ਪਹਿਲੀ ਸੋਚ ਤੋਂ ਵੀ ਪਹਿਲੇ ਕਾਲੂ ਬਲਾ ਨੂੰ ਯਾਦ ਕਰੇ ਤੇ ਆਪਣੀ ਕਮਕਲੀ ਦਾ ਇਤਰਾਫ ਕਰਕੇ ਉਹਦੀ ਬੜਾਈ ਤੇ ਕਬਰੀਾਈ ਨੂੰ ਰੂਹ ਦਿਲ ਜ਼ੁਬਾਨ ਤੇ ਜਿਸਮ ਤੋਂ ਗੈਰ ਮਸ਼ੂਤ ਮੰਨ ਲੈ। ਵਾਹ ਵਾਹ। ਮੰਨ ਲੈਣਾ ਹੀ ਹਾਸਲ ਕਰ ਲੈਣਾ। ਜਿੰਨੇ ਜਿੰਨਾ ਜਲਦੀ ਮੰਨ ਲਿਆ ਉਹ ਉਨਾ ਹੀ ਸੁਖੀ ਰਿਹਾ ਤੇ ਰਸਵਾਈ ਤੋਂ ਬਚ ਗਿਆ। ਤੇ ਜਿੰਨੇ ਉਹਾਂ ਕੀਤੀ ਉਹਨੇ ਵੀ ਆਣਾ ਮੁੜ ਗਏ ਉਸੇ ਕਿਲੇ ਤੇ ਹੀ। ਪਰ ਪੈਣਾ ਔਖਾ ਤੇ ਲੰਮਾ ਹੋ ਜਾਂਦਾ। ਵਾਹ। ਇਨਸਾਨ ਖੋ ਜਾਂਦਾ ਹੈ ਰੋ ਰੋ ਮੁੱਕ ਜਾਂਦਾ ਹੈ ਸੁੱਕ ਜਾਂਦਾ ਹੈ ਰੁੱਲ ਜਾਂਦਾ ਹੈ ਕਈ ਵਾਰੀ ਤੇ ਰਸਤਾ ਵੀ ਭੁੱਲ ਜਾਂਦਾ ਹੈ ਤੇ ਅਸਲ ਦੀ ਬਜਾਏ ਬੇਅਸਲ ਦੇ ਨਾਲ ਟੁੱਟ ਜਾਂਦਾ ਹੈ ਵਾਓ ਵਾਓ ਮੈਂ ਨਾ ਸ਼ਾਇਰਤ ਨਾ ਹੀ ਲਿਖਾਰੀ ਨਾ ਮੇਰੀ ਇਹ ਨਹੀਂ ਔਕਾਤ ਹੈ ਮੈਨੂੰ ਇਕਰਾ ਪੜ੍ਹਾਉਣ ਵਾਲੇ ਨੇ ਮੇਰੀ ਕਲਮ ਨੂੰ ਜੋ ਸਿਖਾਇਆ ਜੋ احساس ਮੇਰੇ ਦਮਾਗ ਵਿੱਚ ਪਾਇਆ ਜੋ ਖਿਆਲ ਮੇਰੀ ਰੂਹ ਤੇ ਨਾਜ਼ਲ ਕੀਤਾ ਮੇਰੇ ਕਾਲੇ ਦਿਲ ਦੇ ਆਪਣੇ ਨੂਰ ਨਾਲ ਜੋ ਚਾਨਣ ਕੀਤਾ ਤੇ ਜਦੋਂ ਜਦੋਂ ਜਿੰਨਾ ਜਿੰਨਾ ਲਿਖਣ ਦਾ ਹੁਕਮ ਦਿੱਤਾ ਮੈਂ ਉਹਨਾਂ ਨਾਲ ਉਸੇ ਉਸੇ ਤਰ੍ਹਾਂ ਦੇਖ ਛੜੇ ਨਾ ਕਲਮ ਮੇਰਾ ਨਾ خیال ਮੇਰਾ ਨਾ ਸਵਾਲ ਮੇਰਾ ਨਾ ਜਵਾਬ ਮੇਰਾ ਨਾ ਜਲਾਲ ਮੇਰਾ ਨਾ ਕਮਾਲ ਮੇਰਾ ਨਾ ਸਿਆਹੀ ਮੇਰੀ ਨਾ ਨਫਸ ਮੇਰੇ ਨਾ ਹਰਫ ਮੇਰੇ ਮੈਂ ਤੇ ਮਾਸੇ ਕੋ ਵਸੀਲਾ ਜਿਹਦਾ ਕੰਮ ਪਹੁੰਚਾ ਦੇਣਾ ਹੈ ਔਰ ਬਸ ਅਸਰ ਤੇ ਤਸੀਰ ਉਹਦੀ ਜਿਹਦੇ ਲਫ਼ਜ਼ ਤੇ ਹੁਕਮ ਇਹ ਨਾ ਹਤਫਾਂ ਦੇ ਜਰੀਏ ਉਹ ਮੇਰੇ ਦਿਲ ਦੀ ਕਾਲਕ ਹੋਏਗਾ ਤੇ ਪੜਨ ਵਾਲੇ ਦੇ ਦਿਲ ਨੂੰ ਚਾਨਣ ਕਰੇਗਾ ਨੂਰ ਹਜ਼ੂਰ ਦਾ ਏ ਤੇ ਸਰੂਰ ਵੀ ਉਹਨਾਂ ਦੀ ਬਖਸ਼ਿਸ਼ ਹੈ ਇਸਨਿ ਕਿ ਉਹ ਨੂੰ ਕਿਸੇ ਵੀ ਸ਼ਾਇਰੀ ਦੇ ਮਿਆਰ ਤੇ ਨਾ ਪਰਖਿਆ ਜਾਏ ਇਹ ਤੁਹਾਡੇ ਆਸਤੇ ਵਾਹ ਬਹੁਤ ਬਹੁਤ ਦੇ ਜੀ ਕਿਸਨਿ ਕਿ ਉਹ ਨੂੰ ਕਿਸੇ ਵੀ ਸ਼ਾਇਰੀ ਦੇ ਮਿਆਰ ਤੇ ਨਾ ਪਰਖਿਆ ਜਾਏ ਕਿਉਂਕਿ ਮੈਂ ਸ਼ਾਇਰ ਨਹੀਂ ਹਾਂ ਇਹ ਮੇਰੀ ਸ਼ੌਰੀ ਕੋਸ਼ਿਸ਼ ਹੈ ਵਾਹ ਮੈਂ ਜ਼ਿੰਦਗੀ ਵਿੱਚ ਜਦੋਂ ਵੀ ਸ਼ੌਰੀ ਤੌਰ ਤੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੀ ਜ਼ੁਬਾਨ ਥੱਥਿਆ ਜਾਂਦੀ ਰੁਕ ਜਾਂਦੀ ਏ ਔਰ ਮੇਰਾ ਸਾਥ ਨਹੀਂ ਦਿੰਦੀ ਮੇਰੇ ਦਿਮਾਗ ਤੇ ਦਿਲ ਚੋਂ ਅਚਾਨਕ ਸਾਰੇ ਸ਼ਬਦ ਗਾਇਬ ਹੋ ਜਾਂਦੇ ਨੇ ਤੇ ਮੈਂ ਹਨੇਰੇ ਦੇ ਵਿੱਚ ਪਾਗਲਾਂ ਵਾਂਗ ਆਪਣੇ ਆਪ ਨੂੰ ਤੇ ਆਪਣੇ ਲਫ਼ਜ਼ਾਂ ਨੂੰ ਢੋਂਦਾ ਰਹਿੰਦਾ ਪਰ ਉਹ ਮੇਰੇ ਨਾਲ ਮੇਰੇ ਮਹਿਬੂਬ ਦੀ ਤਰ੍ਹਾਂ ਰੁੱਸ ਜਾਂਦੇ ਨੇ ਦਿਮਾਗ ਕੰਮ ਹੀ ਨਹੀਂ ਕਰਦਾ ਐਸੇ ਤਰ੍ਹਾਂ ਅਗਰ ਕਦੀ ਮੈਂ ਜ਼ਬਰਦਸਤੀ ਲਿਖਣ ਵੀ ਬਹਿ ਜਾਵਾਂ ਤੇ ਨਾ ਮੇਰਾ ਦਿਮਾਗ ਚੱਲਦਾ ਹੈ ਤੇ ਨਾ ਕਲਮ ਦੋਨਾਂ ਨੂੰ ਹੁਕਮ ਦਾ ਇੰਤਜ਼ਾਰ ਰਹਿੰਦਾ ਹੈ ਇਸ ਲਈ ਮੈਂ ਪਾਗਲ ਤਰ੍ਹਾਂ ਬੌਂਗੀਆਂ ਮਾਰਦਾ ਰਹਿਣਾ ਪਰ ਜਿੰਨੀ ਦੇਰ ਤੱਕ ਉਹ ਨਾ ਲਿਖਵਾਏ ਮੇਰੀ ਔਕਾਤ ਨਹੀਂ ਕਿ ਮੈਂ ਹਰਫ ਤੇ ਦੂਰ ਦੀ ਗੱਲ ਨੇ ਜ਼ੇਰ ਜ਼ਬਰ ਪੇਸ਼ ਜਾਂ ਕੁਝ ਲਿਖਾਂ ਵਾਹ ਅਲਫ ਅੱਲਾ ਨਾਮ ਵੀ ਉਧਰੋਂ ਹੀ ਆਇਆ ਜਿਨ੍ਹਾਂ ਇਹ ਸਭ ਕੁਝ ਲਿਖਵਾਇਆ ਦੁਆ ਐਸ ਲਈ ਮੈਨੂੰ ਅਦਨੀ ਗੁਸਤਾਖੀਆਂ ਦੀ ਮਾਫੀ ਰਦੀਫ ਕਾਫੀਆਂ ਤੋਂ ਮੁਖਲਸੀ ਦਿੱਤੀ ਜਾਵੇ ਕਿਉਂਕਿ ਇਹ ਮੇਰੇ ਵਸ ਦੀ ਗੱਲ ਹੈ ਮੈਂ ਜਾਹਲ ਕਮ ਅਕਲ ਕਮ ਫਹਿਮ ਤੇ ਕਮ ਇਲਮ ਇਨਸਾਨ ਹਾਂ ਮੈਂ ਵੱਡੇ ਵੱਡੇ ਆਲਮ ਫਾਜ਼ਲ ਤੇ ਸ਼ਾਇਰਾਂ ਦੇ ਮਿਆਰ ਤੇ ਕਦੀ ਨਹੀਂ ਪੂਰਾ ਨਹੀਂ ਇਹ ਕਿਤਾਬ ਇੱਕ ਨਕਮੀ ਨਾਇਲ ਕਮ ਇਲਮ ਨਾਲਾਇਕ ਤੇ ਠੁਕਰਾਏ ਇਨਸਾਨ ਨੇ ਆਪਣੇ ਜੈਸੀ ਲੋਕਾਂ ਵਾਸਤੇ ਲਿਖੀ ਵਾਹ ਇਸ ਲਈ ਵੱਡੇ ਵੱਡੇ ਸ਼ਾਇਰ ادیਬ ਅਹਿਲ ਇਨਮ ਸਾਹਿਬੀ ਖਿਰਦ ਮਹਾਨ ਲੋਕਾਂਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਸ਼ਰਤੋਂ ਦੂਰ ਰਹਿਣ ਉਹ ਤੋਂ ਦੁੱਖ ਵੇਖਣ ਤੇ ਮੈਨੂੰ ਦੁੱਖ ਦਿਆ ਮੈਂ ਤੇ ਸਿਰ ਵਿੱਚ ਖੇ ਪਾਈ ਤੁਸੀਂ ਆਪਣੀ ਇੱਜ਼ਤ ਰੁਤਬਾ ਬਚਾਏ ਰੱਖ ਵਾਹ ਤੇ ਇਸ ਤੋਂ ਦੂਰ ਦੂਰੀ ਲਾਓ ਕੁੜੇ ਬਮਾਤੇ ਤੇ ਮੌਤ ਜ਼ਿੰਦਗੀ ਕੁੜੇ ਬਮਾਤੇ ਤੇ ਮੌਤ ਜ਼ਿੰਦਗੀ ਜ਼ਿੰਦਗੀ ਚੋਂ ਮੌਤ ਤੇ ਮੌਤ ਚੋਂ ਜ਼ਿੰਦਗੀ ਨੱਪਣ ਵਾਲਾ ਪਾਗਲ ਤੇ ਸੁਦਾਈ ਕੈਪਟਨ لیاقت ਅਲੀ ਮਹਿੰਵਾ